हेलो जी, मेरे वालों प्यार भरे सत श्री अकाल सारिआं नूं। हाँ जी, अज दी वीडियो जिहड़ी आपां लै के आए हाँ, एक मैं पिछली बार भी जिहड़ी ये वीडियो पाई सीगी उस दे विच भी किचन संबंधी वीडियो सी, ते इह वी जिहड़ा भैणां नूं शौक हुंदा है रसोई बनाउण दा, किचन बनाउण दा, घर सजाउण दा, ते उस ते आपां इह जिहड़ीआं अलग अलग डिजाइन आ रसोईआं दे किचन दे, तो इस वीडियो नूं तुसीं पूरा देखो, स्किप ना करियो। इहदे विच जिहड़ा तुहानूं खर्चा भी दस्सिया गया ते फोन नंबर ते एड्रैस भी जिहड़ा दित्ता गया। ये वीडियो देख के तुहाडी भी रूह खुश हो जाऊगी, तुहाडा दिल करेगा कि काश इस तरह के घर दे विच किचन होण, रसोईआं होण। ते चलो फिर देखदे आं इहदे विच किहड़ा फ्रेम लगाया, किहदे एल्यूमीनियम फ्रेम दे विच, बाकी ओह काफी कुछ आ ते काफी सस्ती पई। की नाम तुहाडा? सतनाम सिंह। पिछो कंध तो सलाब आ गई, पिछो कंध खाली आ, मीह दे पानी नाल सलाब आ गई, ते उहदे करके जी इह आपां हुण लैंदा जी नवीं चीज इह आ जी। इहदे च जिहड़े बक्से ने अलमीनियम ते बैकलाइट बोर्ड, फुल वाटर प्रूफ हुंदा जी, ठीक है जी, क्योंकि पल्लियां नूं सिउंक सलाब नहीं लगदी जी। पल्ले अजकल आपां कोठियां चला लै चगाठां लोहे दीआं ਤੇ ਪੱਲੇ ਲੱਕੜ ਦੇ, ਠੀਕ ਹੈ, ਚਗਾਠਾਂ ਨੂੰ ਸ਼ੌਂਕ ਲੱਗਦੀ, ਪੱਲਿਆਂ ਨੂੰ ਨਹੀਂ ਲੱਗਦੀ, ਫਿਰ ਵੀ ਆਪਾਂ ਵਾਟਰ ਪ੍ਰੂਫ ਲਾ ਰਹੇ ਹਾਂ ਜੀ ਇਹਦੇ 'ਚ। ਤੇ ਇਹਦੇ 'ਚ ਇਹ ਆਪਾਂ ਮਾਈਕਾ ਲਾਇਆ ਹੋਇਆ ਜੀ ਉੱਤੇ, ਇਹ ਅਕ੍ਰੈਲਿਕ ਸ਼ੀਟ ਆ ਜੀ। ਅੱਛਾ, ਇਹ ਲੇਟੈਸਟ ਹੈਗਾ ਜੀ, ਇਹਦੀ ਗਲੋਸੀਨੈਸ ਬਹੁਤ ਜ਼ਿਆਦਾ, ਦੇਖੋ ਇਹ ਸ਼ੀਸ਼ਾ ਹੀ ਆ ਜੀ ਇੱਕ ਤਰ੍ਹਾਂ ਨਾਲ। ਹਾਂਜੀ 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 ਹਾਂਜੀ, ਇਹਦੇ 'ਚ ਕੀ ਆ ਜੀ ਆਪਾਂ ਅਸੈਸਰੀ, ਪਹਿਲਾਂ ਦਿੱਕਤ ਇਹ ਹੁੰਦੀ ਸੀ ਅਲਮੀਨੀਅਮ ਕਿਚਨ ਲੋਕ ਬਣਾਉਂਦੇ ਸੀਗੇ, ਬਣਾਉਣ ਵਾਲੇ ਬਹੁਤ ਬੰਦੇ ਨੇ ਮੇਰੇ ਵੀਰ ਭਰਾ ਜਿਹੜੇ ਨਾਲ ਦੇ, ਪਰ ਉਹ ਕੀ ਹੁੰਦਾ ਸੀ ਅਸੈਸਰੀ ਹਰ ਤਰ੍ਹਾਂ ਦੀ ਫਿੱਟ ਨਹੀਂ ਕਰਦੀ, ਉਹ ਹੁੰਦੀ ਨਹੀਂ ਸੀ। ਇਹ 'ਚ ਹੁਣ ਦੇਖੋ ਪੈਂਟਰੀ ਯੂਨਿਟ ਜਿਹੜੇ ਵਧੀਆ ਹਾਈ ਕਲਾਸ ਕਿਚਨਾਂ ਦੇ ਵਿੱਚ ਲੱਗਦੀਆਂ ਉਹ ਲੱਗ ਗਿਆ ਜੀ, ਆਟਾ ਟਰਾਲੀ ਆ ਗਈ ਜੀ, ਠੀਕ ਆ ਜੀ, ਆਹ ਬੋਤਲਾਂ ਵਾਲਾ ਆ ਗਿਆ ਡੱਬੀਆਂ ਵਗੈਰਾ ਰੱਖਣ ਲਈ, ਇਹ ਅਕ੍ਰੈਲਿਕ ਆ ਜੀ ਸਾਰੀ, ਠੀਕ ਆ ਜੀ। ਇਹ ਆਪਣਾ ਜਿਵੇਂ ਕਟਲਰੀ ਲਈ ਆ ਗਿਆ ਜੀ, ਇਹ ਐਸ ਕਾਰਨਰ ਆ ਗਿਆ ਜੋ ਲੇਟੈਸਟ ਚੱਲ ਰਿਹਾ ਜੀ ਅੱਜ ਕੱਲ੍ਹ, ਆਹ ਦੇਖੋ ਸਾਰਾ ਹਾਈਡ੍ਰੋਲਿਕ ਆ ਜੀ ਸਿਸਟਮ, ਆਹ ਦੇਖੋ ਜੀ, ਠੀਕ ਆ ਜੀ, ਆਹ ਲਿਫਟ ਅਪ ਆ ਗਿਆ ਜੀ, ਜਿਹੜੀ ਸੀਟ ਆ ਦੇਖਾਂਗੇ ਜਿਵੇਂ ਕੱਚ ਦੀ ਤਰ੍ਹਾਂ ਜੇ ਕੋਈ ਵੱਜ ਗਿਆ ਟੁੱਟੂਦਾ ਨਹੀਂ, ਟੁੱਟਦੀ ਨਹੀਂ ਜੀ, ਕਿਉਂਕਿ ਬੇਸ ਥੱਲੇ ਲੱਗਿਆ ਇਹ 1.5 mm ਆ ਜੀ, 1.5 mm ਮੋਟੀ ਆ, ਵੈਸੇ ਮੋਸਟਲੀ 1 mm ਵਰਤਦੇ ਆ ਲੋਕ, ਇਹ 1.5 mm, ਇਸ ਤੋਂ ਬਾਅਦ 2 ਆ ਜਾਂਦੀ ਆ ਜੀ ਜਿੱਦਾਂ ਦੀ ਜਿਹੜੀ ਰਿਕੁਆਇਰਮੈਂਟ ਹੋਵੇ, ਠੀਕ ਹੈ। ਇਹ ਅਸੀਂ ਕਾਊਂਟਰ ਟੇਬਲ ਬਣਾਇਆ ਹੋਇਆ ਸਾਰਾ ਜੀ ਨਾਲ, ਇਹ ਓਪਨ ਕਿਚਨ ਦਾ ਆਪਾਂ ਬਣਾਇਆ, ਹਾਂਜੀ ਕਨਸੈਪਟ ਆਪਾਂ ਇੱਥੇ ਬਣਾਇਆ ਹੋਇਆ ਜੀ ਸਾਰਾ, ਤੇ ਇਹਦੇ ਵਿੱਚ ਇਹ ਇੱਥੇ ਆ ਗਿਆ, ਇਹ ਸਿੰਕ ਆ ਗਿਆ ਜੀ, ਹਾਂਜੀ, ਠੀਕ ਹੈ। ਖਰਚਾ ਭਾਜੀ ਦੇਖੋ ਜਿਹੜੀ ਇਹ ਕਿਚਨ ਬਣੀ ਹੋਈ ਆ ਇਹਦਾ ਖਰਚਾ 2.5 lakh ਰੁਪਇਆ ਮੰਨ ਲਓ ਜੀ, ਜੋ ਸਾਰਾ ਕੁਛ ਬਣਿਆ ਹੋਇਆ ਇਹਦੇ ਵਿੱਚ, ਸਾਰਾ ਕੁਛ, ਸਿਰਫ ਪੱਥਰ ਚਿਮਨੀ ਚੁੱਲ੍ਹਾ ਨਹੀਂ ਹੁੰਦਾ, ਕਿਉਂਕਿ ਪੱਥਰ 60-70 rupees ਸ਼ੁਰੂ ਹੋ ਗਏ, 600-700 rupees ਤੱਕ ਪਿਆ, ਉਹ ਬੰਦੇ ਦੀ ਆਪਣੀ ਚੋਇਸ ਆ ਜੀ। ਚਿਮਨੀ ਚੁੱਲ੍ਹਾ ਵੀ ਇੱਦਾਂ ਹੀ ਆ ਜੀ, 4-5 hazaar ਤੋਂ ਸ਼ੁਰੂ ਹੋ ਜਾਂਦਾ ਜੀ, 1.5 lakh ਤੱਕ ਪਿਆ, ਉਹ ਆਪਾਂ ਉਹਨੂੰ ਕਾਊਂਟ ਨਹੀਂ ਕਰ ਸਕਦੇ ਇਸੇ ਤਰੀਕੇ ਨਾਲ, ਹਾਂਜੀ। ਬਾਕੀ ਸਾਰਾ ਕੁਛ ਲਾਈਟਾਂ ਵਗੈਰਾ ਸਾਰਾ ਕੁਛ ਕਰਕੇ ਸਾਰਾ ਅਸੀਂ ਕੰਪਲੀਟ ਕਰਕੇ ਦਿੰਦੇ ਹਾਂ। ਲੁਧਿਆਣੇ ਜੀ ਐਨ ਕਾਲਜ ਦੀ ਬੈਕ ਸਾਈਡ ਤੇ, ਮੇਰਾ ਨਾਮ ਸਤਨਾਮ ਸਿੰਘ ਹੈ ਜੀ, ਫਰਮ ਦਾ ਨਾਮ ਅਲਫਾ ਕਿਚਨ ਆ ਜੀ, ਫੋਨ ਨੰਬਰ ਹੈਗਾ 9569999940, ਠੀਕ ਹੈ, ਸ਼ੁਕਰੀਆ ਭਾਜੀ। ਇਹ ਵੀ ਇਹਦੇ ਨਾਲ ਅਟੈਚ ਆ, ਇਹ ਇਹਦੇ ਨਾਲ ਹੀ ਅਟੈਚ ਹੈ ਜੀ, ਇਹ ਓਪਨ ਕਿਚਨ ਦਾ ਕਨਸੈਪਟ ਹੈ ਜੀ, ਅੱਜ ਕੱਲ ਓਪਨ ਕਿਚਨ ਦਾ ਕਨਸੈਪਟ ਚੱਲਦਾ ਹੈ, ਠੀਕ ਹੈ ਜੀ, ਨਾਲ ਹੀ ਬਣਾਈ ਜਾਓ ਨਾਲ ਹੀ ਖਾਈ ਜਾਓ, ਉਹ ਵਾਲਾ ਸਿਸਟਮ ਹੈ। ਜਿੱਥੇ ਮੈਂ ਤੇ ਖੜਾ ਹੋਇਆ ਜੀ, ਇਹ ਓਪਨ ਕਿਚਨ ਦਾ ਆਪਾਂ ਕਹਿ ਸਕਦੇ ਹਾਂ ਵੀ ਪੂਰਾ ਇੱਥੇ ਸੈਟਅਪ ਲੱਗਾ ਹੋਇਆ। ਇਸ ਸਾਈਡ ਦੇ ਉੱਪਰ ਗੈਸ ਚੁੱਲ੍ਹਾ ਹੋ ਗਿਆ, ਇਸ ਸਾਈਡ ਦੇ ਉੱਪਰ ਵਾਸ਼ ਬੇਸ਼ਨ ਹੋ ਗਿਆ, ਭਾਂਡੇ ਵਗੈਰਾ ਤੁਹਾਨੂੰ ਪੂਰਾ ਸਟੀਲ ਦੇ ਨਾਲ ਇੱਕੋ ਹੀ ਚਾਦਰ ਦੇ ਵਿੱਚ ਕੱਢਿਆ ਹੋਇਆ ਜੀ। ਅਤੇ ਜੇ ਮੈਂ ਤੁਹਾਨੂੰ ਇਸ ਸਾਈਡ ਦਿਖਾਵਾਂ, ਜੋ ਤੁਸੀਂ ਇਹ ਚਿੱਟੇ ਰੰਗ ਦੀ ਇੱਕ ਅਲਮਾਰੀ ਟਾਈਪ ਦੇਖ ਰਹੇ ਹੋ, ਇਹ ਵੀ ਬੜੀ ਕਮਾਲ ਦੀ ਚੀਜ਼ ਆ ਜੀ, ਇਹ ਆ ਕਿਚਨ ਦੇ ਰੈਕ। ਅੱਜ ਮੈਂ ਤੁਹਾਨੂੰ ਦਿਖਾਉਣਾ ਜਿਵੇਂ ਕਿ ਇਸ ਜਗ੍ਹਾ ਤੋਂ ਜੇ ਮੈਂ ਤੁਹਾਨੂੰ ਖੋਲ੍ਹਾਂ, ਆਹ ਦੇਖੋ ਜੀ, ਪੂਰਾ ਸਟੇਨਲੈਸ ਸਟੀਲ ਦਾ ਇਹ ਬਣਿਆ ਹੋਇਆ ਰੈਕ, ਅਲਮਾਰੀ ਬਣੀ ਹੋਈ ਆ, ਔਰ ਪੂਰੀ ਕਾਫੀ ਮਜ਼ਬੂਤ ਆ ਦੇਖਣ ਨੂੰ, ਠੀਕ ਆ ਜੀ। ਇੱਥੇ ਚਲੋ ਇਹ ਵਿੱਚ ਕੱਚ ਵੀ ਪਾਇਆ ਹੋਇਆ, ਅਤੇ ਇਹ ਇਸ ਤਰ੍ਹਾਂ ਪੂਰੀ ਬਣੀ ਹੋਈ ਆ ਜੀ, ਜਿਵੇਂ ਆਹ ਵੀ ਰੈਕ ਬਣੇ ਹੋਏ ਆ, ਸਾਰੀ ਕਿਚਨ ਬਣੀ ਹੋਈ ਆ ਨਾ ਅਲੱਗ ਅਲੱਗ। ਅਤੇ
नाल हर एक दे विच रैक दे विच लाइट एल ई डी लाइट आ यानी कि हनेरे दे विच भी यह काम देंदे आ ते इहदे विच इत्थे इह कुछ जिवें कह दईए ओवन वगैरह लगे हुए आ अलग अलग ठीक है जी जिस भी हिसाब दे नाल यानी कि इन्होंने एक इत्थे सैटअप रख्या होया बाकी जिहो जी अपनी लोड हुंदी उस मुताबक आपां नूं इह चीज़ मिल जाती इत्थे पानी वास्ते आर ओ फिल्टर हो गया ते सब तो वड्डी चीज़ मैं तुहानूं दिखाउण लगा आह वाली जी फ्रिज भी ये बच्च ही है पूरी फ्रिज आ सीमन कंपनी की है जी ये देखो तुम है ना सारे रखने वगैरह बने हुए हैं जिवें नॉर्मल फ्रिज होंगी उपर फ्रिजर आ गया ये भी सब्जियां वगैरह रखन नू आ गया जी पूरा ठीक है जी और इस तो बाद थले फिर इतने रैक दते गए है ना तो आ भी इतने ड्रा दते गए ये आप अलग अलग समान रख सकते आपो अपना ये कहिंदे आ ना भी ये जिहड़ी साडी बनी हुई आ ये पूरी किचन कहिंदे 200 साल तक नहीं खराब होंदी आपां कीमत भी तुहानूं दसदे आ इहदे विच ही ते आ तुहानूं पहलां दिखा दईए वेखो रैक वगैरह बने हुए है ना जी और ये भी इस तरह ही अलग अलग हिस्से बने हुए आ ते जिहड़ा ये वाला पोर्शन आ इहदे विच भी फिर इस तरह अगे आ देखो तुसीं इस जगह दे विच भी खुला समान रख सकते हो क्योंकि ये उपर चुल्हा आ गया बाकी जो भी थले किसी ने लेडी ने काम करना होता उत्थे है ना तो वह कर सकता जी इस तरह पूरा रैक बने हुए हेठा उपर चढ़े हुए ना इन की कीमत बाकी तो रिक्वायरमेंट के हिसाब के नाल आपां किड्डा कुछ सहज बना रहे हैं ये 10 लाख तो 15 लाख रुपया की कीमत आ जी दस दे पूरी जो किचन है इस तो अगे आप दिखाने वेंटीलेटर सिस्टम जिमें कि अजक ये भी चलते हैं वेंटीलेटर सिस्टम अलग अलग कमरे के हिसाब के नाल ये पखे लग जाते अंदर वो अगे पाइप लग जाता तो जी हवा की यानी कि आप देख सकते हो कि सर्कुलेशन करती रही है क्योंकि हवा कई बार आपको हुमस जी घुटन जी महसूस होंगी आ उदो फिर ये चीज़ा काम कर दी जी सारिया ये सारे अलग अलग साइज दे नाल हैगे आ जिवें आ वाला वेंटीलेटर ते इहदे अगे पाइप लग जाती इस तों बाद एक आ चीज़ है जी चिमनी जिहड़ी अजकल रसोईयां दे विच लगदी आ ते जिहड़ी आम चिमनी हुंदी उहदा रौला बहुत हुंदा शोर शराबा बहुत हुंदा जिहड़ी ये वाली चिमनी है अपने घर के बाहर लग जाती क्योंकि ये अंदर बलोर लगा हुआ तो ये पाइप लग जाता 400 फुट तक तो बिल्कुल साइलेंट रहिंदा जिन्ना भी उहदा अंदरला धुआं हुंदा वह वैक्यूम करती है जी ये वाली चिमनी आने वाले समय के इस तरह दियाँ यह चिमनियाँ आपां नूं दिखाई देनगियां जी कुछ घर के नाल संबंधित चीज़ों के नाल यह एक्सपो लगा हुआ सी आपां कुछ क चीज़ तुहानूं एक्सप्लेन करके वीडियो के विखाइयां जी इधरली साइड भी जिहड़ा यह किचन का डिजाइन आ जिहड़ा कि आपां बनवा सकते हैं तो अपने घर के जिहड़ा फिट करवा सकते हैं देखो कई बार आपां नूं समझ नहीं आउंदी ते इस तरह आपां जिहड़ा कि वीडियो दे राहीं जिहड़ा आपां नॉलेज लै सकदे आ आपां नूं जानकारी मिल जांदी आ ये ओपन सोया ਬਾਕੀ ਅਸੈਸਰੀਜ਼ ਹੁੰਦੀ ਹੈ ਜੋ ਵੀ ਹੁੰਦੀ ਹੈ ਠੀਕ ਹੈ ਇਸ ਤਰ੍ਹਾਂ ਕਲਾਸ ਹੋ ਗਿਆ ਅੰਦਰ ਦਿੱਤਾ ਪਾਣੀ ਹੋ ਗਿਆ ਮੈਸੀ ਕਾਰਡਰ ਹੋ ਗਿਆ ਜੀ
वैसे आपां दा अजकल कहिंदे जो दो तरह के ज्यादा चलते होंगे अजकल आह वाली यूज सीट है इन एम पी के जो किचन अलग अलग जो दिखाए गए अपनी लिमिट मुताबिक अपने घर किचन तैयार करवा सकते हैं। चलो ठीक है जी, वीडियो देखने का बहुत बहुत धन्यवाद। अगली वीडियो फिर मिलेंगे, तब तक लई सत श्री अकाल।